ਓਏ ਹੋਏ ਕੀ ਹਾਲ ਆ ਹਕੀਮ ਬਾਦਸ਼ਾਹ ਕੁਛ ਨਾ ਪੁੱਛ ਚਾਚੇ ਓਏ ਯਾਰ ਮੇਰੀ ਗੱਲ ਸੁਣੋ ਮੈਂ ਨਹੀਂ ਸੁਣਨੀ ਕੰਮ ਕੁੰਮ ਆਪਣਾ ਚੱਲਦਾ ਨਹੀਂ ਦੁਕਾਨ ਤੇ ਗਾਹਕ ਕੋਈ ਵੜਦਾ ਨਹੀਂ ਆਪਣੀ ਗਲਤੀ ਤੋਂ ਨਹੀਂ ਵੜਦਾ ਉਹ ਕਿਹੜੀ ਗਲਤੀ ਚਾਚਾ ਆਪਾਂ ਕੋਈ ਮਸ਼ਹੂਰੀ ਨਹੀਂ ਕੀਤੀ ਮਾਰਕੀਟ ਦੀ ਆਪਾਂ ਆਪਣੀਆਂ ਬਣਾਈਏ ਮਸ਼ਹੂਰੀਆਂ ਚਾਚਾ ਜੀ ਤੁਹਾਡੀ ਗੱਲ ਸਹੀ ਆ ਆਪਾਂ ਇਹ ਸਾਰਾ ਮਸ਼ਵਰਾ ਜਾਨੀ ਸਾਹਿਬ ਨਾਲ ਕਰਦੇ ਆ ਮੈਂ ਕਿਹਾ ਮਿੱਠੇ ਹਾਂ ਜਾਨੀ ਨੂੰ ਇਹਦੇ ਨਾਲ ਕੀ ਓਏ ਉਹਨੂੰ ਕਾਹਦੀ ਟੈਨਸ਼ਨ ਹੈ ਉਹ ਪੈਸੇ ਲੈਂਦਾ ਮਹੀਨੇ ਬਾਅਦ ਆਪਣਾ ਉਹਦਾ ਸਰਦਾ ਆ ਸੀ ਬੈਠੇ ਭੁੱਖੇ 10,000 ਅਗਲਾ ਪਹਿਲੀ ਦੀ ਪਹਿਲੀ ਆ ਕੇ ਲੈ ਜਾਂਦਾ ਉਹਨੂੰ ਕੀ ਪਾ ਰਿਹਾ ਹਾਂ ਅੱਗੇ ਲੈ ਤਾਂ ਗਿਆ ਯਾਰ ਕੁਰਬਾਨੀ ਦਾ 25,000 ਰੁਪਇਆ ਲੈ ਕੇ ਕਿਰਾਏ ਦਾ ਆਹ 25,000 ਅਗਲੇ ਨੇ ਕਿਰਾਏ 'ਚ ਕੱਟ ਲਿਆ ਸਾਡਾ ਫਿਰ ਹਕੀਮ ਸਾਹਿਬ ਸਾਨੂੰ ਚਾਹੀਦਾ ਕਿ ਅਸੀਂ ਟਿਕਟੋਕ ਤੇ ਆਪਣੀਆਂ ਵੀਡੀਓ ਬਣਾ ਬਣਾ ਕੇ ਸੁੱਟੀਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਯਾਰ ਇੱਥੇ ਮਾਰਕੀਟ ਬਣੀ ਆ ਗਾਹਕ ਤਾਂ ਹੀ ਆਉਣਗੇ ਆਹ ਸੋਸ਼ਲ ਮੀਡੀਆ ਦਾ ਦੌਰ ਆ ਟਿਕਟੋਕ ਤੇ ਕਿੰਨੇ ਵੇਖਣਾ ਹੀ ਮਿੱਠੇ ਖਾਂ ਇਹ ਤਾਂ ਮੈਂ ਨਾ ਕਿਸੇ ਵੱਡੇ ਕੋ ਪਲੇਟਫਾਰਮ ਤੇ ਸੁੱਟੀਏ ਓਏ ਪਾਗਲਾ ਸੋਸ਼ਲ ਮੀਡੀਆ ਤੋਂ ਵੱਡਾ ਕਿਹੜਾ ਪਲੇਟਫਾਰਮ ਆ ਹਾਂ ਇਹ ਤਾਂ ਪਾਗਲਾ ਹਰ ਫਾਰਮ ਤੋਂ ਵੱਡਾ ਫਾਰਮ ਇਹ ਹੀ ਆ ਹੁਣ ਤਾਂ ਫਿਰ ਇੱਕ ਗੱਲ ਆ ਹਰ ਬੰਦਾ ਸੱਡ ਚੋ ਆਪਣੀ ਆਪਣੀ ਜਿਹੜੀ ਐਡਵਰਟਾਈਜ਼ਮੈਂਟ ਲਈ ਲੈਣਾ ਯਾਦ ਕਰਕੇ ਇੱਕ ਇੱਕ ਵੀਡੀਓ ਬਣਾ ਦਿਓ ਆਹ ਬਿਲਕੁਲ ਸਹੀ ਗੱਲ ਆ ਫਿਰ ਹਕੀਮ ਸਾਹਿਬ ਮਸ਼ਹੂਰ ਹੋ ਜਾਊਗਾ ਬੰਦਾ ਆ ਮਸ਼ਹੂਰ ਨਹੀਂ ਬੇਟੇ ਇੱਥੇ ਤੇਰੇ ਕੋਲ ਗਾਹਕਬਾਜ਼ੀ ਹੋਏਗੀ ਅੱਛਾ ਜੀ ਹਾਂਜੀ ਮਾਰਕੀਟ ਉਹ ਵੇਖ ਨਾ ਵੇਖ ਡੱਬਿਆਂ ਦੇ ਵਿੱਚ ਪੱਤੀ ਉੱਗ ਪਈ ਆ ਨਾ ਕੋਈ ਪੀਂਦਾ ਨਾ ਕੋਈ ਲੈਂਦਾ ਹੈ ਪੀਵੀ ਵੀ ਜਾਣਾ ਵਾ ਕਵੀ ਵੀ ਜਾਣਾ ਹਕੀਮ ਹਾਂ ਚਲੋ ਇੱਦਾਂ ਕਰੋ ਸਾਰੇ ਆਪਣੇ ਆਪਣਾ ਇੱਕ ਵਾਰੀ ਟਰਾਈ ਕਰਕੇ ਵੇਖੋ ਕਿਹੜਾ ਬੰਦਾ ਸਹੀ ਮਸ਼ਹੂਰੀ ਬਣਾਉਂਦਾ ਉਹ ਮਸ਼ਹੂਰੀਆਂ ਬਣਾ ਬਣਾ ਕੇ ਆਪਣੇ ਚੜੀ ਜਾਓ ਆ ਬਿਲਕੁਲ ਤੇ ਆਏ ਤੇ ਬਣਾਈਓ ਮੈਂ ਤੇਰਾ ਚਾਹ ਬਣਾਵਾਂ ਤੇਰੇ ਗਏ ਤੇ ਬਣਾਉਣੀ ਸੀ ਛੇਤੀ ਆ ਛੇਤੀ ਇਹ ਚਾਚੇ ਖਾ ਤੂੰ ਸਟਾਰਟ ਕਰ ਮਸ਼ਹੂਰੀ ਜ਼ਰਾ ਮੈਂ ਤਾਂ ਭਾਈ ਆਪਣੀ ਮਸ਼ਹੂਰੀ ਬਣਾਵਾਂਗਾ ਇੰਜ ਕਰਕੇ ਮੈਂ ਨਿਕਲਾਂਗਾ ਤੇ ਕਵਾਂਗਾ ਪਾਕਿਸਤਾਨ ਕੀ ਸੜਕੋਂ ਕੇ ਮੁਤਾਬਕ ਕੇਸ ਤਿਆਰ ਗ੍ਰਿਪ ਚਾਚੇ ਜੈਸੀ ਤੋ ਫਿਕਰ ਕੈਸੀ ਯਾਰ ਵਾਹ ਵਾਹ ਹਾਂ ਹਕੀਮ ਸਾਹਿਬ ਮੈਂ ਵੀ ਇੱਕ ਮਸ਼ਹੂਰੀ ਬਣਾਉਣੀ ਸੀ ਆਪਣੀ ਹਾਂ ਹਾਏ ਸ਼ੇਵ ਨਾ ਕੀਆ ਤਾਂ ਫਿਰ ਕਿਆ ਜੀ ਆ ਠੀਕ ਆ ਇਹ ਛੋਟੀ ਮਸ਼ਹੂਰੀ ਆ ਇਦਾਂ ਤਾਂ ਫਿਰ ਮੈਂ ਬਣਾਉਂਗਾ ਵੱਡੀ ਮਸ਼ਹੂਰੀ ਆ ਬਿਲਕੁਲ ਉਹ ਕਿਹੜੀ ਹਕੀਮ ਸਾਹਿਬ ਮੈਂ ਹੂੰ ਹਕੀਮ ਅਕਰਮ ਵਾਹ 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 ਮੈਂ ਹੂੰ ਹਕੀਮ ਅਕਰਮ ਇੱਕ ਤਰਫ ਹਮ ਡਾਲੇਗੇ ਗੂੰਦ ਕਤੀਰਾ ਦੂਸਰੀ ਤਰਫ ਹਮ ਡਾਲੇਗੇ ਖਮੀਰਾ ਗਊ ਜ਼ਬਾਨ ਇੱਕ ਆਮ ਹਕੀਮ ਸੇ ਇਲਾਜ ਕਰਾਏਂਗੇ ਇੱਕ ਸਹੀ ਹਕੀਮ ਫ੍ਰੀ ਸੇ ਇਲਾਜ ਕਰਾਏਂਗੇ ਹੋ ਜਾਏ ਮੁਕਾਬਲਾ ਕਿਆ ਕਹਿ ਰਹੇ ਕਿਆ ਕਹਿ ਰਹੇ ਕਿਆ ਕਹਿ ਰਹੇ ਨਹੀਂ 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 ਕਿਉਂ ਨਹੀਂ ਕਾਪੀ ਨਹੀਂ ਕਰਨੀ ਆਪਣਾ ਕੰਮ ਕਰਨਾ ਆ ਨਵਾਂ ਕਿੱਦਾਂ ਚਾਚਾ ਮੇਰੀ ਸੁਣ ਗੱਲ ਫਿਰ ਜੇ ਕਾਪੀ ਆ ਹੁਣ ਮੈਂ ਤੈਨੂੰ ਆਪਣੀ ਦੁਕਾਨ ਦੀ ਮਸ਼ਹੂਰੀ ਬਣਾ ਕੇ ਦਿਖਾਉਣਾ ਚੱਲ ਤੂੰ ਉਹ ਪਾਸ ਕਰ ਦੇ ਚੱਲ ਕਰ ਤੂੰ ਆ ਵੇਖਣਾ ਇਸਕੀ ਵਾਇਰੰਗ ਵੀ ਪਿਆਰੀ ਇਸਕੀ ਸੈਂਟਰੀ ਵੀ ਪਿਆਰੀ ਹੈ ਕਹੋ ਬਤਾ ਦੋ ਨਾ ਮਿੱਠਾ ਸੈਂਟਰੀ ਵਾਲਾ ਮਿੱਠਾ ਸੈਂਟਰੀ ਵਾਲਾ ਵਾਹ ਮਿੱਠੇ ਆ ਮਸ਼ਹੂਰੀ ਤੇਰੀ ਫਲਾਪ ਹੋਊਗੀ ਚਾਚਾ ਮੇਰੀ ਵੀ ਸੁਣ ਫਿਰ ਹਲਕੀ ਫੁਲਕੀ ਸ਼ੇਵ ਮੇ ਹਲਕਾ ਫੁਲਕਾ ਟਕ ਯਾਰਾ ਵੀ ਠੀਕ ਹੈ ਠੀਕ ਹੈ ਚਾਚਾ ਤਾਜ ਮੇਰੀ ਮਸ਼ਹੂਰੀ ਲੈ ਲਿਆ ਬਾਈ ਇਹ ਦਿਲ ਮੰਗੇ ਬੋਲ ਯਾ ਵਾਹ 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 ਇਹ ਇਧਰ ਚਾਚੇ ਖਾ ਲੋਕੀ ਆਉਣਗੇ ਫਿਰ ਸਾਡੇ ਲੋ ਮਸ਼ਹੂਰੀ ਤਾਂ ਫਿਰ ਮੈਂ ਵੀ ਬਣਾ ਲਈ ਆ ਕਿਹੜੀ ਪਹਿਲੀ ਚਾਹ ਕਰਤੀ ਹੈ ਚਲ ਦੂਜੀ ਚਾਹ ਕਰਤੀ ਹੈ ਚਿੰਨ ਤੀਜੀ ਚਾਹ ਕਰਤੀ ਹੈ ਚਾਚਾ ਚਾਚਾ ਤੇ ਐ ਵੀ ਕਰਨਾ ਛੇ ਮਸ਼ਹੂਰੀ ਹੋਣੀ ਆ ਨਹੀਂ ਚਾਹ ਵਾਲਾ ਬਣਨਾ ਤੂੰ ਅਕੈਡਮੀ ਵਾਲਾ ਬਣ ਰਿਹਾ ਵਾ ਇਹ ਚਾਚਾ ਚਾਚਾ ਕੱਢ ਦੇ ਚਾਚੇ ਖਾ ਮੈਂ ਤਾਂ ਡਿਸਕਲੇਮਰ ਚਲਾਉਂਗਾ ਕੀ ਉਹ ਕਿਦਾਂ ਮੈਂ ਤਾਂ ਚਲਾਉਂਗਾ ਤਮਾਮ ਦਵਾਈਆਂ ਆਪਣੇ ਬੱਚੋ ਕੇ ਭਾਵੇਂ ਪਾਸ ਰੱਖੇ ਸਹੀ ਆ ਤਮਾਮ ਦਵਾਈਆਂ ਆਪਣੇ ਬੱਚੋ ਕੇ ਪਾਸ ਰੱਖੇ ਇਹ ਤਬੀਅਤ ਜ਼ਿਆਦਾ ਖਰਾਬ ਹੋ ਤੇ ਹਕੀਮ ਫਰੀਦ ਖਾਨ ਕੇ ਪਾਸ ਹੈ ਬਾਜ਼ਾਰ ਤੇ ਬਹਿਬੂਦ ਦੇ ਤਿੱਬੋ ਜਰਾਤ ਮਸ਼ਹੂਰੀ ਆ ਵੀ ਬਣ ਸਕਦੀ ਆ ਜੇ ਮੈਂ ਪੈਸੇ ਇਨਵੈਸਟ ਕਰਾਂ ਤੇ ਅੱਛਾ ਜੀ ਹਾਂ ਨਹੀਂ 13-14 ਰੁਪਈਆਂ ਚ ਮਸ਼ਹੂਰੀ ਬਣਨੀ ਨਹੀਂ ਬਣਾਓ ਬਣਾਓ ਆਪ ਲੋਨ ਲੈਣੇ ਕੀ ਵਜ੍ਹਾ ਸੇ ਪਰੇਸ਼ਾਨ ਹੈ ਨਾ ਤੋ ਜਾਨੀ ਕੀ ਚਾਹ ਪੀਏ ਤਰਕੀਬੇ ਆਏਗੀ ਇਹ ਵੀ ਹੋ ਸਕਦੀ ਅੱਛਾ ਉੱਥੇ ਬਹਿ ਜਾ ਯਾਰ ਇਦਾਂ ਦੀ ਮੈਂ ਮਸ਼ਹੂਰੀ ਬਣਾਉਣੀ ਆਪਣੀ ਦੁਕਾਨ ਦੀ ਆਪ ਚਾਚੇ ਤਾਜ ਨੂੰ ਨਾਲ ਲੈ ਕੇ ਠੀਕ ਆ ਅੰਮੀ ਅੰਮੀ ਆਪਕੋ ਪਤਾ ਹੈ ਸਾਥ ਵਾਲੋਂ ਨੇ ਮਿੱਠੇ ਸੇ ਬੋਰ ਕਰਵਾਇਆ ਪੰਪ ਕਾ ਤੋ ਪਾਣੀ ਮੀਠਾ ਔਰ ਸਾਫ ਆਤਾ ਹੈ ਅੰਮੀ ਯਾਰ ਹਮ ਵੀ ਕਰਵਾਏਂਗੇ
ओके बेटा, कल से हम भी मिठे से बोर करवाएंगे। नहीं अम्मी, आज से। यार वाह 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 वाह। चाचा अब मेरी मशहूरी नहीं ठीक है। केड़ी शेव के आगे जीत है। नहीं देखो, जे तुसी सची मुची मशहूरियां बना के चला दे हो ना, लोकी इत्थे लैना लग जाएंगे। बिल्कुल। ते मशहूरी पता किदां दी बनानी? किदां दी? हम आपके मरीजों का खास ख्याल रखेंगे। हाँ, बिल्कुल। बिला सूद हर दवाई देंगे और वापसी पर काट भी नहीं लेंगे। हाँ जी, बैंकल तबीब। चमड़ा वेच बैंक बूंक नाना कह, तू हकीम है। वेख मेरी गल सुन, हुण मैं अपनी मशहूरी भी तां करनी है। हाँ, ऐसा जरूरी है। आम वकील ज्यादा गुलता है। हाँ। चाचा काम में खरा, कम घुले ज्यादा चले। चाचा ताजे लीमु की शक्ति से भरा। माफी दे दे, तू तो बैनर ही लिखण लग गया। मशहूरी बनानी है पर शॉर्ट जई। चल उठ मेरे बेलिया, बदान तेरे कोले, पाप क्यों नहीं खोलदा समान तेरे कोले। ना मिठे, जे तू एही मशहूरी बनानी तो सीधी सीधी लैन बोल के कह। आ देखी दादा, ए मेरे छोटे हो, भैन भराओ, चाचे हो, ताए हो, मासी हो, नाने हो, दादे हो, ए जेड़े लोग कहिंदे मेरा गला खराब रहिंदा, अखां दे विचों पानी वगदा, कन्नां चों पानी वगदा, वाल चिट्टे आ गए, गोड्यां च दर्द रहिंदी, मेदा खराब रहिंदा, भई इको पुड़ी दे नाल इंशाल्लाह तुहानूं इलाज आएगा। ते बाबा जी हकीम फरीद बह जाओ। बह जाओ, कैसा कबर अर्गा मुंह है, बह जाओ। हकीम फरीद। यार हकीम साहब, सानू सिर जोड़ के बहना पैना, मशहूरियां बनानियां पैनियां। यार जाओ भी सिर जोड़। मैं मशहूरी बनानी है अपनी। अच्छा जी। जब चाचे ताज को मैंने वकील फड़ा, बस 15 मिनट में हो गई मैं बरी बरी। वाह वाह, अभी ठीक है। चाचा तेरियां मशहूरियां एक पास हो गई है। मिठिया तेरी भी एक पास हो गई। आ तेरी रहिंदी है, ओ कोई चंगी जी करते निकल जा तू। मैं अपनी मशहूरी बनानी हकीम साहब। चाय दे बारे मैं वड्डा पोस्टर लिखना वा। इत्थे कैफे बनावांगा मैं, जानी दा कैफे। मैं तुहाडियां मशहूरियां नूं कख नहीं समझणा, जदों उहदे उपर ए टाइटल चलणे वड्डे वड्डे, उपर मेरी तस्वीर लगी होणी आ, नाल उस्ताद होणां दी लगी होणी आ, ਗਾਹਕ ਦਾ ਟਿਕਟਾਂ ਨੂੰ ਹੁਣੇ ਮਾਰਕੀਟ ਚੱਲਣ ਲੱਗ ਪਏ ਧੜਾ ਧੜ। ਬਸ ਠੀਕ ਆ, ਤੂੰ ਵਿੱਚ ਨਾਲ ਮਾੜਾ ਜਿਹਾ ਮੇਰਾ ਵੀ ਲਾਈਟਾਂ ਨਾਲ ਲਿਖਾ ਦੇਵੀਂ, ਵੀ ਕੇਸ ਦੇਖ ਤੇ ਕੇਸ ਦੀ ਤਾਰ ਵੇਖ। ਠੀਕ ਆ, ਅਤੇ ਚੇ ਥੋੜਾ ਜਿਹਾ ਮੇਰਾ ਵੀ ਲਿਖ ਦੇ, ਅੰਮਾ ਸਾਗੂ ਦਾਣਾ ਖਿਲਾਓ, ਹਮੇ ਸਿਹਤਮੰਦ ਬਣਾਓ। ਉਹ ਯਾਰ ਮੈਂ ਇੰਨੇ ਪੈਸੇ ਨਹੀਂ ਇਨਵੈਸਟ ਕਰਨੇ, ਆਪਣੇ ਆਪਣੇ ਲਿਆਓ, ਤੁਹਾਡੀ ਮਿਹਰਬਾਨੀ, ਜਾਓ ਤੁਹਾਡੀ ਜਾਨ ਛੱਡੋ ਮੇਰੀ। ਅੱਛਾ ਦੇਖੋ, ਜੇ ਇਹ ਬਣ ਜਾਂਦੀ ਆ ਸਾਡੀ ਮਾਰਕੀਟ ਚੱਲ ਜਾਓ। ਆ ਜਾਨੀ ਤੋਂ ਜਾਨ ਛਡਾਓ, 10-10 ਹਜ਼ਾਰ ਠੰਡ ਲੈਂਦਾ ਤੇ ਗੱਗ ਕੋਈ ਨਹੀਂ ਆਉਂਦਾ ਚਾਚੇ ਖਾਂ। ਇਹ ਮੁਤਾਲਬਾ ਉਹਦੇ ਨਾਲ ਕਰਾਂਗੇ ਕਿ ਅਸੀਂ ਮਸ਼ਹੂਰੀਆਂ ਬਣਾਉਣ ਲੱਗੇ ਆ, ਸਾਡੇ ਨਾਲ ਇਨਵੈਸਟਮੈਂਟ ਕਰ, ਤੇਰਾ ਦੁਕਾਨ ਦੀ ਮਾਰਕੀਟ ਵੀ ਵਧੂਗੀ, ਤੈਨੂੰ ਵੀ ਪੈਸੇ ਆਉਣਗੇ। ਹਾਂ ਵੇਖ ਮੇਰੀ ਗੱਲ ਸੁਣ ਬਈ ਹਕੀਮ। ਹਾਂ ਆਵੇ ਡ੍ਰੀਮ ਹਕੀਮ, ਮੇਰੀ ਗੱਲ ਸੁਣ, ਨਹੀਂ ਤੇ ਫਿਰ ਨਿੱਕੀ ਜੀ ਇੱਕ ਮੇਰੇ ਕੋਲ ਹੋਰ ਸਲਾਹ ਆ। ਉਹ ਕੀ? ਅੱਧਾ ਘੰਟਾ ਕਿਰਾਏ ਤੇ ਲੈਨੇ ਆ ਹੈਲੀਕਾਪਟਰ। ਅੱਛਾ। ਤੇ ਮਾਰਕੀਟ ਦੀਆਂ ਪਰਚੀਆਂ ਸੁੱਟਦੇ ਆ ਅੱਧਾ ਘੰਟਾ ਪੂਰੇ ਇਲਾਕੇ 'ਚ। ਚਲੋ ਚਲੋ ਹਕੀਮ ਸਾਹਿਬ, ਤੁਸੀਂ ਆਪਣੀਆਂ ਨਾ ਕਰੋ ਸ਼ੋਖੀਆਂ, ਮੰਨ ਲਓ ਉਹ ਭਾਈ ਸਕੀਮੀ ਬੰਦਾ ਵਾ, ਉਹਨੂੰ ਪੁੱਛ ਲਓ, ਸਾਡੀ ਇੱਜ਼ਤ ਆਬਰੂ ਰਹਿ ਜਾਊਗੀ, ਉਹਦੇ ਵੀ ਪੈਸੇ ਵਿੱਚ ਸ਼ਾਮਲ ਕਰ ਲਓ। ਚਾਹ ਬਣਾ ਵੇਖੀ ਜਾਊ, ਪੈਸੇ ਵੀ ਫੜਾ ਫੇ ਦੇਖੀ ਜਾਊ, ਵੇਖੀ ਜਾ। ਹਰ ਵਾਰੀ ਤੈਨੂੰ ਮੁਫਤ ਚਾਹ ਵਾ, ਨਾਲੇ ਆਹ ਪਹਿਲੀ ਆਉਣ ਵਾਲੀ, ਅਸੀਂ ਤੇ ਕੋਈ ਹਿਸਾਬ ਵੀ ਕਰਨਾ ਵਾ। ਚਾਹ ਮੇਰੀ ਵੀ ਬਣਾ ਦੇ ਯਾਰ ਇੱਕ। ਸਾਡੀ ਹੋ ਗਈ ਹੈ ਜੀ, ਸਾਡੀ ਰੱਬ ਕਬੂਲ ਕਰੇ ਜੀ। ਬਸ ਚਾਰ ਬੱਕਰੇ ਮੈਂ ਦੇਖੇ ਨੇ, ਰੁਪਈਆ ਪੈਣਾ ਵਾ 18-18 ਹਜ਼ਾਰ ਤੁਹਾਡਾ। ਚਾਰ ਬੱਕਰੇ ਤੁਸੀਂ ਵੰਡਤੇ ਨੇ ਅੱਗੇ ਬਈ ਹਕੀਮ? ਐਡਾ ਐਡਾ ਬੱਕਰਾ ਯਕੀਨ ਕਰ, ਲਾਸਟ ਤੱਕ ਦਾ ਹੋਣਾ ਲਾਸਟ। ਸੋਮੂ ਬੱਕਰਾ ਆ? ਨਹੀਂ ਨਹੀਂ, ਉਹ ਜਿੱਥੇ ਖੜੇ ਨੇ ਨਾ ਉੱਥੇ ਫਰਸ਼ ਐਡਾ ਉੱਚਾ। ਇਹ ਜਾਨੀ ਸਾਹਿਬ, ਜਦ ਤੱਕ ਈਦ ਨਹੀਂ ਆਉਂਦੇ ਸਾਡੇ ਪੈਸੇ ਪਈ ਜਾਣੇ, ਕੋਈ ਬੋਟੀ ਵੀ ਆਊਗੀ ਕਿ ਨਹੀਂ? ਕੁਰਬਾਨੀ ਕਰੋ, ਬੋਟੀ ਆਜੂਗੀ, ਪੈਸੇ ਖਰਚੋ, ਮਰ ਗਏ ਤੁਸੀਂ ਤੇ ਇੱਥੇ ਕਮਾਈਆਂ ਕਰ ਕਰਕੇ ਲੁੱਟ ਕੇ ਖਾ ਕੇ ਗਾਹਕਾਂ ਨੂੰ। ਇੱਥੇ ਇੱਕ ਬੰਦਾ ਨਹੀਂ ਆਂਦਾ, ਕੋਈ ਥੜੇ ਤੱਕ ਕਦੀ ਚੜਿਆ ਵੇਖਿਆ? ਕਰੋ ਨਾ, ਤੁਸੀਂ ਵੀ ਆਪਣੀ ਕੋ ਪ੍ਰਮੋਸ਼ਨ ਕਰੋ, ਦੁਨੀਆ ਦੀ ਹਰ ਕੰਪਨੀ ਆਪਣੀ ਪ੍ਰਮੋਸ਼ਨ ਕਰਦੀ, ਤੁਸੀਂ ਵੀ ਪ੍ਰਮੋਸ਼ਨ ਕਰੋ। ਤੁਸੀਂ ਹੁਣ ਕਹਿੰਦੇ ਵੀ ਪਤਾ ਨਹੀਂ ਅਲਾਦੀਨ ਦਾ ਚਿਰਾਗ ਆ ਵੀ ਓਏ
ਐਰਕੀ ਨਾ ਮੇਰੀ ਮੇਰੇ ਕਿਰਾਏ ਦੇ ਵਿੱਚੋਂ 500 ਰੁਪਇਆ ਕੱਟ ਲਓ ਇਹਨੂੰ ਨਵਾਓ ਚਲ ਠੀਕ ਹੈ ਯਾਰ ਇਹਨੂੰ ਨਵਾਓ ਇਹਨੂੰ ਕੱਪੜੇ ਨਵੇਂ ਲੈ ਕੇ ਦਿਓ ਮੈਂ ਪੈਸੇ ਦੇਵਾਂਗਾ ਅੱਛਾ ਤੇਰਾ 500 ਤੁਹਾਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਵੀ ਇੱਥੇ ਮਨਹੂਸੀਅਤ ਪਈ ਕਿਸ ਬੰਦੇ ਦੀ ਵਜ੍ਹਾ ਉਹ ਤੁਸੀਂ ਨਾਲ ਲਈ ਫਿਰਨੇ ਬਿਲਕੁਲ ਹਕੀਮ ਦਾ ਕਹਿੰਦੇ ਹਕੀਮ ਦਾ ਹਕੀਮ ਨੂੰ ਕਹਿੰਦੇ ਆ ਅੱਛਾ ਅੱਛਾ ਜੀ ਗੱਲ ਇਹ ਹੈ ਸਾਰੀ ਮਾਰਕੀਟ ਨੇ ਮਤਫਕਰਾ ਫੈਸਲਾ ਕਰ ਲਿਆ ਹਾਂਜੀ ਇਹ ਜੀ ਹੁਣ ਸਾਡੇ ਕੋਲ ਨਹੀਂ ਵੇਖੀ ਜਾਂਦੀ ਇਹ ਬੁੱਕ ਐਡਵਾਂਸ ਕੋਈ ਨਹੀਂ ਹੈਗਾ ਮੇਰੇ ਕੋ ਓਹੋ ਜਿਹੜੀਆਂ ਦੁਕਾਨਾਂ ਛੱਡ ਦਿਓ ਓਹੋ ਨਹੀਂ ਨਹੀਂ ਐਡਵਾਂਸ ਨਹੀਂ ਐਗਰੀਮੈਂਟ ਤਾਂ ਲਿਖਿਆ ਸਾਲ ਦਾ ਕਿਰਾਇਆ ਉਹ ਗੱਲ ਤਾਂ ਸੁਣ ਲਓ ਉਹਦੀ ਮੈਂ ਗੱਲ ਇਹ ਕਰਦਾ ਮਤਫਰਕਾ ਫੈਸਲਾ ਹੋ ਗਿਆ ਭਈ ਅਸਾਂ ਜਾਂ ਮਾਰਕੀਟ 'ਚ ਰਹਿਣਾ ਜਾਂ ਫਿਰ ਸਾਡੀਆਂ ਪ੍ਰਮੋਸ਼ਨਾਂ ਕਰਕੇ ਇੱਥੇ ਗਾਹਕਬਾਜ਼ੀ ਕੀਤੀ ਜਾਏ ਹਾਂ ਇਹੀ ਤਾਂ ਮੈਂ ਕਹਿ ਰਿਹਾ ਪ੍ਰਮੋਸ਼ਨਾਂ ਕਰੋ ਆਪਣੇ ਯੂਟਿਊਬ ਚੈਨਲ ਬਣਾਓ ਫੇਸਬੁੱਕ ਤੇ ਬਣਾਓ ਉੱਥੇ ਡੇਲੀ ਸਵੇਰ ਸ਼ਾਮ ਦੁਪਹਿਰ ਆਪਣੀਆਂ ਛੋਟੇ ਛੋਟੇ ਸ਼ਾਰਟਸ ਪਾਓ ਲੋਕਾਂ ਨੂੰ ਦੱਸੋ ਕਿ ਸਾਡੇ ਕੋਲ ਇੱਕ ਨੰਬਰ ਚੀਜ਼ ਦਾ ਅਸੀਂ ਕੰਮ ਸਹੀ ਕਰਦੇ ਆ ਫਿਰ ਬੇਟਾ ਅਰਬਾਂ ਰੁਪਈਆ ਵੀ ਕੋ ਬੰਦਾ ਕੰਮ ਤੇ ਲਾਉਂਦਾ ਨਾ ਉਹਨੇ ਲੈਦਾ ਇੱਕ ਛੋਟਾ ਜਿਹਾ ਬਜਟ ਆਪਣਾ ਕਮਰਸ਼ਲਾਂ ਵਾਸਤੇ ਔਰ ਮਾਰਕੀਟਿੰਗ ਵਾਸਤੇ ਰੱਖਿਆ ਹੁੰਦਾ ਤੁਸੀਂ 10,000 ਦੀ ਵੀ ਦੁਕਾਨ ਇੱਕ ਮਿਸਾਲ ਪਾਈ ਹੈ ਨਾ 10,000 ਦੀ ਤੇ ਵਿੱਚੋਂ 500 ਰੁਪਈਆ ਤੇ ਪ੍ਰਮੋਸ਼ਨ ਵਾਸਤੇ ਰੱਖੋ ਲਿਆਓ 500 ਰੁਪਏ ਪ੍ਰਮੋਸ਼ਨ ਲਈ ਆ ਦਿਓ ਨਾ ਮੈਨੂੰ ਮੈਂ ਚੈਨਲ ਬਣਾ ਕੇ ਦੇਣਾ ਤੈਨੂੰ 500 ਦਿਓ ਨਾ 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 ਇਹ ਹੁਣ ਕੰਮ ਨਹੀਂ ਹੋਣਾ ਚੈਨਲ ਤੇ 1 ਰੁਪਈਆ ਖਰਚਾ ਨਹੀਂ ਹੁੰਦਾ ਕਿਉਂ ਕੀ ਗੱਲ ਉੱਤੇ ਟਿਕਟਾਂ ਲੱਗਣੀਆਂ ਆ ਨਹੀਂ ਉਹਦੇ ਤੇ ਜਿਹੜੇ ਉਹ ਮੈਂ ਦੇਣੇ ਨਹੀਂ ਉਹਨੂੰ ਜਿਹੜੇ ਐਡੀਟਰ ਹੁੰਦਾ ਜਿੱਦ ਕੋ ਮੈਂ ਤੁਹਾਡੇ ਉਹ ਬੜਾ ਬੈਨਰ ਬਣਵਾ ਕੇ ਦੇਣੇ ਨੇ ਉਹ ਦੂਜਾ ਤੁਹਾਡਾ ਡੀਪੀ ਬਣਵਾ ਕੇ ਦੇਣੀ ਆ ਉਹ ਕਿਦਾਂ ਬਣਾਉਣੀ ਹੈ ਇਹਨੂੰ ਸਭ ਕੁਝ ਆਪ ਨੂੰ ਆਂਦਾ ਆ ਇਹ ਅੱਗੋਂ ਬੰਦੇ ਤੇ ਪਾ ਕੇ ਸਾਡੇ ਕੋਲੋਂ ਪੈਸੇ ਕਢਾਊਗਾ ਇਹ 1 ਮਿੰਟ ਚਾਚੇ ਖਾਂ ਦੋ ਚੈਨਲ ਤੇਰੇ ਹੋ ਗਏ ਓਕੇ ਚਾਚੇ ਖਾ ਇਹਨੂੰ ਕਹਿੰਦੇ ਤਰੱਕੀ ਕਰਨੀ ਇਸ ਵਾਰੀ ਮੇਰਾ ਦਿਲ ਕਹਿੰਦਾ ਵਾ ਕਿ ਜਾਨੀ ਖਾ ਇਸ ਵਾਰੀ ਢਿੱਡੋਂ ਮੁਖਲਸ ਹੋ ਕੇ ਆਇਆ ਨਾਮ ਕੀ ਰੱਖਣਾ ਤੇਰੇ ਚੈਨਲ ਦਾ ਅਬਾਸ ਇਮਲੀ ਅਫੀਸ਼ੀਅਲ ਜਾਨੀ ਦੀ ਚਾਏ ਮਸ਼ਹੂਰ ਓਕੇ ਠੀਕ ਆ ਆ ਮੇਰਾ ਐਡਵਾਂਸ ਦਾ ਲੈ ਲੋ ਓਹੋ ਓਕੇ ਲਿਆ ਇੰਨੀ ਵੱਡੀ ਰਕਮ ਲੈ ਕੇ ਬਗੈਰ ਸਿਕਿਉਰਿਟੀ ਤੋਂ ਫਿਰ ਹੀ ਜਾਣਾ ਹੈ ਚਵਲੇ ਤੇਰੀ ਮਾਰਕੀਟ ਨਹੀਂ ਹੈ ਤੂੰ ਵੀ ਤਾਂ ਹਿੱਸੇਦਾਰ ਆ ਤੂੰ ਕਿਉਂ ਨਹੀਂ ਪਾਉਂਦੇ ਪੈਸੇ ਯਾਰ ਮੇਰਾ ਤੁਹਾਡੇ ਤੱਕ ਸੀ ਰਸਾਈ ਮੈਂ ਤੁਹਾਡੇ ਕੋਲ ਪੈਸੇ ਲੈ ਲਿਆ ਕੋ ਤੁਸੀਂ ਗਾਹਕ ਤੁਹਾਨੂੰ ਚਾਹੀਦੇ ਹੋ ਤਾਂ ਤੁਸੀਂ ਕਰੋ ਮੇਰੀ ਗੱਲ ਸੁਣ ਆ ਪੈਰਾਂ 'ਚ ਫੁੱਟਾਂ ਪਾ ਕੇ ਆ ਗਿਆ ਮੇਰੀ ਗੱਲ ਸੁਣ ਲੈ ਸਾਨੂੰ ਜਿਹੜਾ ਨਾ ਇਹ ਗੇੜੇ ਨਾ ਦੇ 5,000 ਦਾ ਅੱਗੇ ਚੂਨਾ ਲੱਗਾ ਹੁਣ 500 ਤੁਸੀਂ ਤੁਸੀਂ ਸ਼ਾਰਟਸ ਪਾਓ ਉਹਦੇ ਤੇ ਥੋੜੇ ਬਹੁਤੇ ਸ਼ੁਗਲ ਮਿਲੇ ਕਰਕੇ ਪਾਇਆ ਕਰੋ ਇਹਦੇ ਨਾਲੋਂ ਬਹੁਤੀ ਕਮਾਈ ਤੁਸੀਂ ਉੱਥੋਂ ਕਰ ਲੈਣੀ ਆ ਭੁੱਲ ਜਾਣਾ ਤੁਸੀਂ ਗਾਹਕਾਂ ਨੂੰ ਉਹ ਜਿਹੜੇ ਉੱਥੇ ਲੋਕੀ ਵੇਖਦੇ ਐਲਮ ਮੇਰਾ ਤੇ ਉਹਦਾ ਚੈਨਲ ਦਾ ਨਾਮ ਰੱਖਣਾ ਅਬ ਲੇਤੇ ਹੈ ਛੋਟਾ ਸਾ ਲਕਵਾ ਤਾਂ ਜੀ ਸ਼ਾਰਟ ਪਾਣੇ ਉੱਤੇ ਜਾਨੀ ਬਾਦਸ਼ਾਹ ਮੇਰਾ ਜਿਹੜਾ ਚੈਨਲ ਬਣਾਉਣਾ ਹੈ ਨਾ 2-1 ਦਾ ਮਸਾਲਾ ਲੱਗੇ ਬਸ ਪੱਕਾ ਚੈਨਲ ਹੋਵੇ 500 ਰੁਪਈਆ ਦੇ ਅੱਛਾ ਵੀ ਚੈਨਲ ਬਣ ਗਏ ਓਏ ਹਜ਼ਾਰੇ ਪੈਸੇ ਲੈ ਰਿਆ ਮੇਰੇ ਕੋਲ ਚਾਚਾ ਮੇਰੇ ਵੀ ਨਾਮ ਕੀ ਰੱਖਣਾ ਚੈਨਲ ਦਾ ਡਾਊਨ ਦੇ ਨਾਮ ਤੋਂ ਰੱਖਣਾ ਜੀ ਤੁਸੀਂ ਡਾਊਨ ਯਾਰ ਉਹਦੇ ਸਿਰ ਤੋਂ ਕੰਪਰੈਸਰ ਤੇ ਲਵਾ ਲਾ ਕਿਦੋਂ ਉਹਦਾ ਤੂੰ ਮੰਗਾ ਚੈਨਲ ਲਈ ਜਾਨੀ ਸਾਹਿਬ ਪਿੰਡ ਵਾ ਐਦਾ ਰੱਖੋ ਜੀ ਮਿੱਠਾ ਤੇ ਗਿੱਠਾ ਅਫੀਸ਼ੀਅਲ ਚੈਨਲ ਦਾ ਨਾਮ ਰੱਖ ਫੈਰੰਗ ਬੱਤੀ ਬੋਰਡ ਦੀ ਨਹੀਂ ਤੇ ਨਹੀਂ ਤੇ ਇੱਕ ਚੈਨਲ ਦਾ ਨਾਮ ਰੱਖ ਲੈ ਲਾਲ ਵੀ ਲਾਲ ਹੈ ਸਾਰਾ ਪੰਪ ਲਾਲ ਹਾਂ ਸਹੀ ਆ ਤੁਸੀਂ ਲਿਖੋ ਬੋਰ ਮਚਾਏ ਸ਼ੋਰ ਬਸ ਅਫੀਸ਼ੀਅਲ ਬਣ ਗਿਆ ਤੇ ਬਾਦਸ਼ਾਹ ਮੇਰੇ ਚੈਨਲ ਦਾ ਨਾਮ ਪਤਾ ਕੀ ਲਿਖਣਾ ਵਾ ਕੀ ਉਸ ਤਰ੍ਹਾਂ ਪਿਆਰ ਮੰਗਦਾ ਆਹ ਆਹ ਉਸ ਤਰ੍ਹਾਂ ਪਿਆਰ ਮੰਗਦਾ ਹਾਂ ਹਕੀਮ ਦਾ ਨਾਮ ਰੱਖੋ ਮੈਂ ਤਾਂ ਕਹਿੰਦਾ ਆਂ ਕੀ ਰੱਖੀਏ ਇਹਦਾ ਨਾਮ ਹਕੀਮ ਗੇੜੇਬਾਜ਼ ਅਫੀਸ਼ੀਅਲ ਤੰਦਰੁਸਤੀ ਕੀ ਹਿਫਾਜ਼ਤ ਕਰਤਾ ਹੈ ਤਬੀਬ ਫਰੀ ਤਬੀਬ ਯਾਰ ਇਦਾਂ ਦੀ ਗੱਲ ਨਹੀਂ ਕਰੀਦੀ ਅਫੀਸ਼ੀਅਲ ਅਫੀਸ਼ੀਅਲ ਉਹਦੇ ਤੇ ਸਿੱਧਾ ਸਨੇ ਮਿਲੱਠੀ ਮੇਰੀ ਸੱਜਣਾ ਕੇ ਨਾਮ ਲਿਖ ਦੇ ਇਹ ਕਰ ਲੋ ਸਿੱਧਾ ਸਿੱਧਾ ਤਾਂ ਜੀ ਅਸੀਂ ਚੈਨਲਾਂ ਤੇ ਕੀ ਕਰਾਂਗੇ ਕੁਝ ਵੀ ਨਹੀਂ ਕਰਨਾ ਕੀ ਸ਼ਾਰਟ ਪਾਣੇ ਉੱਤੇ ਨਹੀਂ ਕੀ ਤੁਸੀਂ ਵੀਡੀਓ ਬਣਾ ਬਣਾ ਕੇ ਉੱਤੇ ਅਪਲੋਡ ਕਰਨੀ ਆਉਂਦੀ ਹੈ ਨਹੀਂ ਲੈ 500 ਹੋਰ ਦਿਓ ਅਪਲੋਡ ਦਾ ਯਾਰ ਖੱਪ ਲੋਡ ਨਾ ਪਾਓ ਉਹਨੂੰ ਦਿਓ 500 ਹੁਣ ਕੰਮ ਪੂਰਾ ਆ ਤੇ ਹੁਣ ਚੈਨਲ ਜੋ ਬਣ ਗਿਆ ਤੇ ਵੀਡੀਓ ਨਹੀਂ ਅਪਲੋਡ ਕਰਨੀ ਆਉਂਦੀ ਤਾਂ ਫਾਇਦਾ ਇਹ ਜ਼ਰੂਰੀ ਹੁੰਦੀ ਤੇ ਹੋਰ ਉਹਦੇ ਤੇ ਵੀਡੀਓ ਪਾਉਣੀ ਨਹੀਂ
मिर्जा अपना कम करदा ही कुत्ता कुत्ते दा वैरी हुंदा अपनी अपनी एडवरटाइज अपनी अपनी करनी सुन लिया मेरा यार आया की लिख बैठा यार मैं मिर्जे ने की लिख दिता की लिखता मिर्जे ने मैं दसा की लिखता लिखा तू की लिखा मशकूक ना समझी बोतल मंगा लो ना मैं मंगा लेना प्यार मशकूक ना समझी आशिका मशूक ना समझी क्या बात है मिर्जे ने की लिख बैठा प्यार मशकूक ना समझी आशिका मशूक ना समझी मिर्जा अपना कम करता ही कुत्ता कुत्ते दा वैरी हुंदा ठीक है एक मिनट भी नाई खां मेरे सिर च मारी है मशूक नहीं यार मिर्जा मेरी गल सुना मुनाफकत ना कर यार तेन कौन सुना तू पर मुंह करके मुख की चाह पिया भी खिजे ना कर मैनू शतूत ना समझी प्यार च दुनिया वधदी जांदी प्यार च दुनिया वधदी जांदी ते पुराने सज्जन छड्डदी जांदी पतख गारा खांदी नहीं ते असी जराबां पाणियां नहीं कैसा काफिया रदीफा बतख गारा खांदी नहीं असी जराबां पाउने आ सही गल करो बच्चे भी जाके अपनी चीजा सिटन दिया शेर लड़ गया उस्ताद जी नहीं खा जुत्ती फाड़ो मेरे सिर च मार बेटे ओना ही किसी होर दा नहीं मेरा ही है बस देखियो इंज तो यार तुहानू हमेशा लभदे क्यों
यार गल सुनो, शेर हुंदा है मजबूरियां चान खड़े दिया ने। तकलीफ है यार। क्यों खड़े दिया? की तेनू की तकलीफ है? शेर साडा शेर है, असी बोलिए ना बोलिए तेनू की तकलीफ है? असी तेरे शेर च कदी बोले? ए तो सुटो ਘਟੀਆ ਗੱਲ ਉਹਨੇ ਕੀਤੀ ਜਿਹੜੀ ਮਿਰਜ਼ਾ ਕਹਿੰਦਾ ਡੋਂਟ ਵੇਰੀ ਮਿਰਜ਼ਾ ਮਰੇ ਤੂੰ ਜੀ ਜੁਦਾਈ ਵਾਲਾ ਰੋਗ ਨੀ ਚੰਗਾ ਜੁਦਾਈ ਕੈਸੀ ਪਾਈ ਕਿਸਮ ਲੱਗੇ ਵੱਢ ਲੈ ਵੱਢ ਲੈ ਮੇਰੀ ਗੱਲ ਸੁਣੋ ਜੀ ਮਾਦਰਤ ਸ਼ੇਰ ਹੁੰਦਾ ਕਿ ਮਜਬੂਰੀਆਂ ਚਾਣ ਖੜੇਂਦੀਆਂ ਹਣ ਬਸ ਨਾਲ ਨਿਖੜਦਾ ਕੋਈ ਇਹ ਹਰੀ ਹੋਈ ਖੇਡ ਮੁਕੱਦਰਾਂ ਦੀ ਦੇਈ ਤੇ ਲੜਦਾ ਕੋਈ ਨਹੀਂ ਇਹ ਸਾਗ ਵਿਚਾਰਾ ਕੀ ਕਰੇ ਜਿਹਨੂੰ ਸ਼ਾਦੀਆਂ ਤੇ ਖਾਂਦਾ ਕੋਈ ਓਏ ਆ ਸ਼ੇਰ ਹੁੰਦਾ ਯਾਰ ਲਿਆ ਦਾ ਸਾਡੇ ਤੇ ਕੋਈ ਅਸਰ ਨਹੀਂ ਹੋਇਆ ਮਿਰਜਾ ਮਿਰਜਾ ਯਾ ਭਾਈ ਮਿਰਜਾ ਮੇਰਾ ਮਾਹੀ ਟੁਰ ਪ੍ਰਦੇਸ ਗਿਆ ਮੇਰਾ ਮਾਹੀ ਟੁਰ ਪ੍ਰਦੇਸ ਗਿਆ ਮੇਰਾ ਮਾਹੀ ਉਧਰ ਹੋ ਜਾ ਮੇਰੇ ਕੋਲ ਤੁਸੀਂ ਦਾਤ ਦਿੱਤੀ ਮੈਂ ਤੈਨੂੰ ਛਿੱਤਰ ਮਾਰ ਲੈ ਉਹ ਮਾਹੀ ਤੇਰੇ ਘਰੋਂ ਗਿਆ ਇੰਨਾ ਖਿੱਚ ਗਿਆ ਚੱਲ ਕੋਈ ਨੀ ਲੜੋ ਲੜੋ ਓਏ ਨਾ ਕਰ ਚਲੋ ਜਗ੍ਹਾ ਬਣਦੀ ਹੈ ਬਰਮਾਹੀ ਟੁਰ ਪ੍ਰਦੇਸ ਗਿਆ ਮੈਂ ਮਿਰਜ਼ਾ ਮਿਰਜ਼ਾ ਕਰਦੀ ਹਾਂ ਤੇ ਨੈਨਾ ਜੋੜਨ ਵਾਲਿਆ ਮਾਈਆ ਸਾਨੂੰ ਇਸ ਪਗੋਲ ਦਾ ਛਿਲਕਾ ਦੇ ਜਾ ਤੁਹਾਡਾ ਕਿਹੜੀ ਸ਼ਾਇਰੀ ਹੈ ਯਾਰ ਮੇਰੀ ਸ਼ਾਇਰੀ ਹੈ ਇਹਦੀ ਸ਼ਾਇਰੀ ਮੇਰੇ ਦੀ ਸ਼ਾਇਰੀ ਹੈ ਹੋਰ ਕੁਝ ਲਿਖਿਆ ਜੀ ਆਹੋ ਲਿਖਿਆ ਅਗਲੇ ਸ਼ੋਅ ਚ ਸਹੀ ਫਿਰ ਆ ਜਾ ਲਿਖਿਆ ਬਹੁਤ ਕੁਝ ਲਿਖਿਆ ਵਾ ਆ ਜਾ ਫਿਰ ਚੱਲੀਏ ਚੱਲ ਮਿਲ ਜਾ ਸਰਕਾਰ ਆ ਪੈਸਿਆਂ ਦਾ ਕੀ ਕਰਨਾ ਕਿਹੜਿਆਂ ਦਾ ਆ ਸ਼ੇਰ ਸੁਣ ਕੇ ਚਾਹ ਪੀ ਕੇ ਤੁਰ ਪਏ ਚੈਨਲ ਤਾਜੀ ਚੈਨਲ ਦੇ ਉਹ ਚੈਨਲ ਬਣਾਵਾਂਗਾ ਹੁਣ ਮੈਂ ਕਿ ਬਣਾਵਾਂਗਾ ਉਹ ਚੈਨਲ ਦੇ ਜਦੋਂ ਚੱਲੇਗਾ ਉਹ ਚਾਹ ਦੇ ਹੈ ਅਰੇ ਦੋ ਕੱਪ ਚਾਹ ਦੇ ਪੀ ਕੇ ਤੁਰ ਕੱਟ ਲਾਂਗੇ ਵੀ ਕਿਉਂ ਮਾਲਕਾ ਨਾ ਮੰਗਿਆ ਕਰ ਉਹ ਚੈਨਲ ਦਾ ਪੁੱਛ ਚੈਨਲ ਬਣਾ ਕੇ ਦੇਣ ਲੱਗੇ ਆ ਜਾ ਹੈ ਸਾਰਿਆਂ ਦੇ ਚੈਨਲ ਬਣਾਣੇ ਮੈਂ ਕਹਿੰਦਾ ਇੱਕ ਕਟੋਰਾ ਫੜ ਲਈਏ ਰਾਹ ਦੇ ਵਿੱਚ 200 300 ਹੋ ਜਾਣਾ ਲੋ ਠੀਕ ਹੈ ਚਲੋ ਆਜੋ ਆਜੋ ਚਲੋ ਕੰਪਿਊਟਰ ਹੋਊਗਾ ਤਾਂ ਬਣਾਊਗਾ ਇੱਥੋਂ ਮੈਂ ਕਿੱਥੇ ਮਰਤਬਾਨ ਤੇ ਬਣਾ ਦੇਣੇ ਚੈਨਲ ਦੋ ਚੈਨਲਾਂ ਦੇ ਪੈਸੇ ਦਿੱਤੇ ਆਹੋ ਮੈਂ ਪਰ ਤੇਰਾ ਵੀ ਬਣਾਉਣਾ ਤੇਰਾ ਵੀ ਸਾਰਿਆਂ ਦਾ ਚੈਨਲ ਤੁਸੀਂ ਵੀਡੀਓ ਬਣਾਓ ਵੀਡੀਓ ਬਣਾ ਕੇ ਤੈਨੂੰ ਸਿਲਵਰ ਪਲੇਟ ਦਾ ਵੀ ਪਤਾ ਸਰ ਸਬਸੇ ਪਹਿਲੇ ਯੇ ਬਤਾਏ ਜੀ ਸਰ ਤਾਲੀਮ ਆਪਕੀ ਕਿਆ ਕਿਤਨੀ ਹੈ ਕੋਈ ਨੀ खाने में आपको क्या पसंद है मतलब मटन चिकन सब्जियों में क्या खाने को पसंद है कुछ भी नहीं
ले जी नादरीन गेस्ट वाले सेगमेंट में खुश आमदीद। जो आज हमारे गेस्ट हैं उनके बारे में सिर्फ एक शेर कहूंगा और तो कुछ मुनासिब अल्फाज मेरी समझ में नहीं आ रहे कि तू यतीम है बसेरा कर पठारों की चट्टानों पे। वाह 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 क्या बात क्या बात। तू अगर मेरा नहीं बनता ना बन अपना तो बन। शोहरत की बुलंदियों पे आपने देखा होगा कि बहुत से लोग गए हैं, उनमें से एक जो आज हमारे गेस्ट हैं बड़े अच्छे इंसान हैं माशाल्लाह। आप ज्यादा हायल नहीं होऊंगा मैं आपके और उनके दरमियान में, चमकती धमकती शख्सियत, उजला रंग, वाह 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 ठीक है जी, कदो कामत मैं किस अल्फाज किस तरीके से आपको और उनको आमने सामने करूं मुझे ये समझ नहीं आ रही। गाली गलौच ना करो सीधा सीधा। नहीं 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 नादरीन हमारे साथ आज जनाब नईम अब्बास इमली साहब। अस्सलाम वालेकुम सर। वालेकुम अस्सलाम। सर कैसे हैं? अल्हम्दुलिल्लाह सर। सर सबसे पहले ये बताएं जी सर तालीम आपकी क्या है कितनी है? कोई नहीं। वाह नहीं, नहीं आप पढ़े नहीं है? नहीं जी। शौक क्या है आपको? कोई शौक बताएं अपना। कोई नहीं। नहीं कोई देखे कोई फुटबॉल कोई क्रिकेट कोई स्पैरो छिक्का चिड़ी छिक्का अच्छा। कोई भी जी? कोई नहीं। शौक भी कोई नहीं? कोई नहीं। खाने में आपको क्या पसंद है, मतलब मटन चिकन सब्जियों में क्या खाने को पसंद है? कुछ भी नहीं। पीने में कोई कोल्ड ड्रिंक कोई फ्रेश जूस लस्सी कच्ची लस्सी पकी लस्सी इस तरह का कुछ? नहीं जी कुछ नहीं। जिंदगी में कोई ख्वाहिश कि मैं ये बनना चाहता हूं? कोई नहीं। सर कोई होर कोई तो नहीं लैंदा गेस्ट? तुसी कुछ पूछ लो। ए थोड़े च थोड़ी बहुत कोई इंसानियत? कोई नहीं जी। चंगा रहे यार चंगा रहे। वालो कोई अकल मौत? नहीं जी। अच्छा सर दसो कि मौसम केड़ा पसंद है तुम? कोई नहीं जी। नहीं सर्दियां अच्छी लगदियां ने गर्मियां? कोई नहीं। ਇਹਨੇ ਹੁਣ ਕਿਹਾ ਨਾ ਕੋਈ ਨਹੀਂ ਅਸੀਂ ਗੈਸਟ ਸਜਾ ਦੇਣਾ ਜੇ ਮੈਂ ਤੁਹਾਨੂੰ। ਨਹੀਂ ਨਹੀਂ ਯਾਰ ਉਹ ਨਹੀਂ ਕੋਈ ਨਹੀਂ ਉਹ ਸੱਚ ਬੋਲ ਰਹੇ ਜੋ ਉਹਨਾਂ ਕੋ ਨਹੀਂ ਲੱਗਦਾ ਉਹ ਠੀਕ ਹੈ। ਅੱਛਾ ਤੋ ਇਹ ਬਤਾਏ ਕਿ ਮਾਸ਼ਾਅੱਲਾ ਓਏ ਉਰਿਆ ਆਨ ਓਏ ਅਬ ਬਿੱਲੀ ਨਹੀਂ ਗਈ ਹੈ ਇਹਨੂੰ? ਗਈ ਇਹਨੂੰ ਓਨੀ ਦੇਰ ਤੱਕ ਨਾ ਉਹ ਤੋਂ ਫੜ ਕੇ ਰੱਖ ਜਿੰਦਾ ਸ਼ੋਰ ਨਹੀਂ ਹੁੰਦਾ। ਅੱਛਾ ਸਾਰੇ ਦੱਸੋ ਕਿ इस फील्ड च तुसी मतलब किस तरह है? मोटरसाइकिल ते सर कोई क्या बात। अच्छा सर ये दसो के पहले तुसी की काम करदे सी यानी इस फील्ड च होन तो मीडिया तो पहले तुसी की काम करदे सी? कोई भी नहीं जी। मैं पूछना चाहना हां कि थानू मुल्क केड़ा पसंद आ? कोई नहीं जी। आर्टिस्ट केड़ा पसंद है अपने तो अलावा? कोई भी नहीं। अच्छा तो पता है आप यहाँ पे गेस्ट आए हुए हैं, पता है आपको कि आप गेस्ट हैं माशाल्लाह? नहीं जी। बस जी बस नहीं पता। मैं आपको सर कह रहा हूँ आप समझे इधर बात। सर तुसी ना कहो गाला काट लो मैं कोई फर्क नहीं पैना। आपसे मैं किस तरह के सवाल करूँ कुछ आप बता दे किस तरह के करूँ? जिदा की मर्जी पूछो कोई नहीं।
तो मैं तो पूछ रहा हूँ, आपको जवाब ही नहीं दे रहे हैं। पूछो ना। मैं तो पूछ रहा हूँ कि आप का माशाल्लाह आपको लोग जानते हैं। जी जी माशाल्लाह। तो आप कैसे आए इस फील्ड में, क्या आपका जेन था, घर वालों ने मुखालफत की आपकी? नहीं जी नहीं, किसी ने भी नहीं। आगे क्या जेन है करने का? कुछ भी नहीं। भाजी, अगला सफाई पाड़ता हूं मैं। खेत चढ़ा दे आया। कहां कहां गए आप दुनिया में? कितने भी नहीं। ए जानी साहब, तो लाश दे भी दे फिर रहा ही। लगता है सऊदी आया था, धक्का मगवाज गया। दिमाग तो फिर गया था। मुझे लगता शोमे च गया। सर आप ना यहाँ पे गेस्ट आए हैं, नईम अब्बास साहब आप यहाँ पे गेस्ट हैं, और गेस्ट का काम होता है कि थोड़ा बताएं हमें अपने बारे में कुछ। तो मैं इसलिए आपसे पूछ रहा हूँ कि आप फ्यूचर देखते हैं? फ्यूचर देखते हैं आप? जरा नहीं। फ्यूचर कितना देखे, केबल ही लगी उन्होंने। सर मैं ये कह रहा हूँ कि आप कोई बात करें, ये प्रोग्राम हो रहा है। जी जी। यहाँ पे कोई मतलब इस तरह का कोई खच्चे नहीं बाज रही कि हमें कैमरा लगे हुए सब लगे, लोग आपको देख रहे हैं। जब आपको कुछ भी नहीं आपके पास, तो आप यहाँ पे गेस्ट क्या सीजन आप उस फलदा वो लेने आए आप? क्या मतलब, क्या मैं समझ नहीं आ रही। मैं आपसे पूछ रहा हूँ, आप हाँ कुछ जवाब दें ना, को मुझे पता चले। ये बताएं एम क्या है जिंदगी में, आगे क्या करना है, किस कैसा लगता है जब लोग आपकी तारीफ करते हैं, आपको कहते हैं जी हम आपके फैन हैं, कैसा लगता है? कुछ भी नहीं, जरा नहीं, कोई ऐसा टेंशन ही नहीं होती किसी किस्म की भी, कुछ भी नहीं होता। वो तस्वीर खिंचाते मैं भी खिंचाना बस ओके। अच्छा मैं इधर से उठूं, आपके कुछ चीज सर में मार दूं, फिर कोई फर्क नहीं पड़ना? तो मैं जिस तरह मेरी आप कंडीशन कर रहे हैं, मेरा दिमाग खराब हो जाए, मैं उठ के आपका मुंह पकड़ के कोई बात करें, खुदा का वास्ता कोई बात करें, कुछ आगे मेरी बात का जवाब दें। ये प्रोग्राम हो रहा है। जी जी। ये को खच्चे नहीं बज रही। जी जी जी। हम लोग बैठे हैं, कैमरा मैन बैठे हैं, ऑडियंस बैठी है, जब है ही कुछ नहीं आपके पास, पैदा क्यों हैं आप? पता नहीं जी। नहीं गजनी साहब थोड़े माशाल्लाह, वो गजनी नूं ते 5 के मिंट तक याद रहिंदा वा। जिंदगी च किसी गल तो आवाज आ रही कदी? जरा नहीं। कदी किसी गल तो खुशी हुई होवे लाइफ च बहुत ज्यादा? नहीं जी। आईडी कार्ड पे शनाख्ती लामत क्या है आपकी? दसो जी आईडी कार्ड पे शनाख्ती लामत की है? मैनू की पता। आईडी कार्ड बनया? नहीं जी। कार चलानी होंदी? नहीं जी, एक दो बारी थल्ले आया, उदा चलानी नहीं होंदी। ए पाकिस्तानी हो जी तुसी? पता नहीं जी। ना रे अगले ने मुंह ते जवाब दिता। भूख लगी? भूख नहीं जी। हेलो, हर गल च ना करी जांदे जानी साहब, कि तो मस्त तां नहीं है। ਕਿਹੜਾ ਗੈਸਟ ਲਿਆਂਦਾ ਤੁਸੀਂ? ਪੁੱਛੋ ਸਰ ਪੁੱਛੋ। ਯਾਰ ਕੀ ਪੁੱਛਾਂ ਮੈਂ, ਕੀ ਪੁੱਛਾਂ? ਮੈਂ ਜੋ ਵੀ ਪੁੱਛਣਾ ਉਹਦਾ ਜਵਾਬ ਮੈਨੂੰ ਆਪ ਪਤਾ ਵਾ, ਵੀ ਨਹੀਂ ਪਤਾ ਨਹੀਂ ਹੈ ਨਹੀਂ। ਇਹ ਕਿਹੜਾ ਗੈਸਟ ਹੁੰਦਾ ਯਾਰ ਇੱਦਾਂ? ਤੁਸੀਂ ਕਦੀ ਪ੍ਰੋਗਰਾਮ ਦੇਖੇ ਕੋਈ ਗੈਸਟ ਵਾਲੇ ਜਿਹ 'ਚ ਗੈਸਟ ਆਏ, ਕਦੀ ਦੇਖੇ ਪ੍ਰੋਗਰਾਮ? ਨਹੀਂ ਜੀ। ਤੁਹਾਨੂੰ ਨਹੀਂ ਪਤਾ ਗੈਸਟ ਕਿੱਦਾਂ ਬਹਿੰਦੇ ਨੇ? ਨਹੀਂ ਜੀ। ਗੈਸਟਾਂ ਕੋਲੋਂ ਸਵਾਲ ਹੁੰਦੇ ਨੇ, ਅੱਗੋਂ ਗੈਸਟ ਜਵਾਬ ਦਿੰਦਾ, ਉਹਨਾਂ ਨੂੰ ਪੁੱਛਦੇ ਨੇ ਆਪਕੀ ਸ਼ਾਦੀ ਕਿਸ ਉਮਰ ਮੇਂ ਹੋਈ? ਪਤਾ ਨਹੀਂ ਜੀ। ਇਮਲੀ ਸਾਹਿਬ, ਅੱਜ ਤੋਂ ਤੁਸੀਂ ਚਾਹ ਪੀਂਦੇ ਆ, ਆ ਵਿੱਚ ਮੱਖੀ ਡਿੱਗ ਜਾਂਦੀ, ਕੱਢ ਲੈਂਦੇ ਆ ਕਿ ਨਹੀਂ? ਹਾਂਜੀ। ਤਾੜੀਆਂ ਪਹਿਲੀ, ਹਾਂਜੀ ਆ ਗਈ ਆ। ਵਾਹ 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 ਵਾਹ। ਸ਼ੁਰੂ ਹੋਇਆ ਕੰਮ ਜੀ, ਮੈਂ ਕਹਿੰਦਾ। ਅੱਛਾ ਤੁਸੀਂ ਜਿੱਥੇ ਕੰਮ ਕਰਦੇ ਹੋ, ਜਿੱਥੇ ਜਿਸ ਅਦਾਰੇ 'ਚ, ਉੱਥੇ ਖੁਸ਼ ਹੋ ਤੁਸੀਂ? ਪਤਾ ਨਹੀਂ ਜੀ, ਮੈਨੂੰ ਲੱਗਦਾ ਇਹਦੇ ਉਡਲੇ ਕੰਨ 'ਚ ਠੀਪਾ ਫਸਿਆ ਆ। ਪੁੱਛੋ ਕੁਛ, ਖਮੋਸ਼ ਹੋ ਰਿਹਾ, ਗੱਲ ਪੁੱਛੋ ਮੇਰੇ ਕੋਲੋਂ, ਕੋਈ ਸਵਾਲ ਪੁੱਛੋ, ਕੋਈ ਮੈਨੂੰ ਵੀ ਪਤਾ ਹੋਵੇ ਕਿ ਮੇਰੇ ਕੋਲ ਕੀ ਪੁੱਛਣਾ ਇਹਨਾਂ ਨੇ। ਤੁਹਾਨੂੰ ਕੁਛ ਪਤਾ? ਪਤਾ ਨਹੀਂ। ਤੁਹਾਨੂੰ ਪਤਾ ਦੁਨੀਆ ਤੁਹਾਨੂੰ ਵੇਖ ਰਹੀ ਹੈ ਇਸ ਟਾਈਮ? ਪਤਾ ਨਹੀਂ ਯਾਰ, ਦਿਮਾਗ ਜਿਹੜਾ ਨਾ ਹੁਣ ਸਾਡਾ ਘੁੰਮਣ ਲੱਗ ਪਿਆ ਸਾਰਿਆਂ ਦਾ। ਠੀਕ ਹੈ ਜੀ, ਇੱਥੇ ਇਹ ਮੈਂ ਪਰੇ ਕਰ ਲੈਣਾ ਵਾ, ਇੱਥੇ ਤੇ ਵਿਛਾ ਕੇ ਨਾ, ਅਤੇ ਮੈਂ ਪਤਾ ਨਹੀਂ ਦੇ ਉੱਤੇ ਅਤੇ ਨਹੀਂ ਦੇ ਉੱਤੇ ਨਾ ਲਾਸਾਂ ਪਾ ਦੇਣੀਆਂ ਨੇ। ਸਮਝ ਆਈ ਗੱਲ ਦੀ? ਨਹੀਂ ਜੀ। ਓਏ ਅੱਲਾ ਦੇ ਬੰਦਿਆ, ਤੂੰ ਗੈਸਟ ਆ ਐਡੇ ਵੱਡੇ ਪ੍ਰੋਗਰਾਮ 'ਚ, ਗੈਸਟ ਆ ਸਾਰੇ, ਅਸੀਂ ਤੁਹਾਡੇ ਵਾਸਤੇ ਬੈਠੇ ਹਾਂ,
ਤੁਹਾਡੇ ਵਾਸਤੇ ਬੈਠੇ ਆ, ਕੋਈ ਗੱਲ ਸਮਝ ਆ ਰਹੀ ਆ? ਕੌਣ ਆ ਤੂੰ, ਤੈਨੂੰ ਪਤਾ ਕੋਈ? ਫੇਰ ਹੁਣ ਜੇ ਦੇਖਣ ਡਿਆ ਤੇ ਫੇਰ? ਉਹ ਯਾਰ ਦੇਖਣ ਦੇ ਤੂੰ ਉਹਨਾਂ ਨੂੰ, ਕੀ ਤੈਨੂੰ ਦੇਖਣ ਨਾ? ਫੇਰ ਤੇ ਫਿਰ ਕੋਈ ਗੱਲ ਕਰ ਤੇ ਕਰੋ, ਪੁੱਛਣ ਤੇ ਦਿਆਂ ਵੀ ਤਲੀਮ ਕਿੱਥੋਂ ਕਿੰਨੀ ਕਿੰਨਾ ਪੜ੍ਹੇ ਤੁਸੀਂ? ਪਤਾ ਨਹੀਂ ਭਰਾ ਕਿੰਨੇ ਹੋ ਤੁਸੀਂ? ਇਹਨਾਂ ਨੂੰ ਕੀ ਹੋਇਆ? ਹਾਂਜੀ ਇਹਨਾਂ ਨੂੰ ਕੀ ਹੋਇਆ? ਇੱਕ ਮਿੰਟ, ਕੀ ਕਿਹਾ? ਇਹਨਾਂ ਨੂੰ ਕੀ ਹੋਇਆ? ਪਤਾ ਨਹੀਂ ਭਾਈ, ਇਸ ਤੋਂ ਸਵਾਲ ਕਰੋ, ਸ਼ੋਅ ਨਹੀਂ ਕਰਨਾ। ਨਹੀਂ ਮੈਂ ਗੈਸਟ ਆਇਆ ਵਾਂ। ਕਿਦੋਂ ਭਾਜੀ? ਤੁਸੀਂ ਆਪ ਹੀ ਤਾਂ ਬਿਠਾਇਆ ਮੈਨੂੰ ਐਵੇਂ। ਤੁਸੀਂ ਕਿਹਾ ਨਹੀਂ ਸੀ ਅੱਜ ਤੂੰ ਗੈਸਟ? ਨਹੀਂ ਨਹੀਂ, ਮੈਂ ਸੱਦਿਆ ਸੀ ਤੁਸੀਂ ਮੈਨੂੰ, ਤੁਸੀਂ ਕਿਹਾ ਸੀ ਮੈਂ ਤੇਰੇ ਕੋਲ ਸਵਾਲੋ ਜਵਾਬ ਕਰਾਂਗਾ, ਤੂੰ ਜਵਾਬ ਦੇਣੇ ਆ। ਨਹੀਂ ਮੈਂ ਤਾਂ ਨਹੀਂ ਸੱਦਿਆ। ਮੈਂ ਗੈਸਟ ਨਹੀਂ। ਪਤਾ ਨਹੀਂ ਤੁਸੀਂ ਏਦਾਂ ਆਹਮਣੇ ਸਾਹਮਣੇ ਆਪਾਂ ਕਿੱਦਾਂ ਬੈਠੇ। ਪਤਾ ਨਹੀਂ ਨਹੀਂ ਤੇ ਉਹ ਜਿਹੜਾ ਤੁਸੀਂ ਕਹਿਣ ਡਿਆ ਸੀ ਅੱਜ ਤੇਰੇ ਕੋਲ ਆਹ ਗੱਲ ਕਰਨੀ ਆਹ ਗੱਲ ਕਰਨੀ, ਉਹ ਨਹੀਂ ਕਰਨੀ ਆ? ਨਹੀਂ ਉਲਟ ਫਸ ਗਈ। ਨਹੀਂ ਮੈਂ ਜਾਵਾਂ। ਪਤਾ ਨਹੀਂ ਲੋ ਫਿਰ ਮੈਂ ਚੱਲਦਾ। ਪਤਾ ਨਹੀਂ ਠੀਕ ਹੈ ਓਕੇ। ਮੇਰੀ ਚਪੇੜ ਸੋਹਣੀ ਸੀ, ਉਹ ਜੀ ਨੀ ਮਾਰੀ ਮੈਂ ਮੂੰਹ ਨਾਲੋਂ ਕਿਤੇ ਅੱਛੀ ਸੀ। ਆਹ ਨਾਜ਼ਰੀਨ ਠੀਕ ਆ ਕੰਮ ਲੈ, ਪਤਾ ਨੀ ਉਹ ਮੈਂ ਕਿਹਾ ਗੈਸਟ ਬਣਨਾ, ਗੈਸਟ ਬਣ ਕੇ ਆ ਅੱਗੋਂ ਪਤਾ ਨਹੀਂ ਹੈ ਨੀ ਪਤਾ ਨੀ 10,000 ਹੈ। ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ, ਅਗਲੇ ਪ੍ਰੋਗਰਾਮ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਕੈਸਾ ਮਜ਼ਾ ਆਇਆ? ਪਤਾ ਨਹੀਂ।